ਪਿੰਡ ਲਾਲਿਆਣਾ ਦੀ ਲੜਕੀ ਖੁਸ਼ਪ੍ਰੀਤ ਕੌਰ ਜੋ ਕਿ ਜ਼ੇਰੇ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਚੱਲ ਰਹੀ ਸੀ ਉਹ ਹਮੇਸ਼ਾ ਹਮੇਸ਼ਾ ਲਈ ਮੌਤ ਦੀ ਨੀਂਦ ਸੋ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮਾਮਲਾ ਦਰਅਸਲ 21 ਜਨਵਰੀ 2018 ਦਾ ਹੈ ਜਦੋਂ ਇੱਕ ਕਲਜੂਗੀ ਚਾਚੀ ਨੇ ਅੰਦਰੂਨੀ ਖੁੰਦਕ ਦੇ ਚੱਲਦੇ ਆਪਣੇ ਹੀ ਜੇਠ ਦੀ ਲੜਕੀ ਨੂੰ ਬੇਰਹਿਮੀ ਨਾਲ ਉਸਦੀ ਬਾਂਹ ਦੀਆਂ ਨਸਾਂ ਕੱਟ ਕੇ ਪੇਟੀ ਵਿੱਚ ਬੰਦ ਕਰ ਦਿੱਤਾ ਸੀ। ਇਹ ਬਿਆਨ ਖੁਦ ਬੱਚੀ ਨੇ ਹਸਪਤਾਲ ਇਲਾਜ ਦੌਰਾਨ ਦਿੱਤਾ ਸੀ ਕਿ ਉਸਦੀ ਇਹ ਹਾਲਤ ਚਾਚੀ ਨੇ ਕੀਤੀ ਹੈ। ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਉਸਦੀ ਚਾਚੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਕੋ ਕਿਹਾ ਸਹੀ ਕਹਿੰਦੇ ਬੱਚੀ ਦੇ ਬਿਆਨਾਂ ਤੇ ਜਿਵੇਂ ਬੱਚੀ ਨੇ ਦੱਸਿਆ ਪਹਿਲਾਂ ਉਹਨੂੰ ਕੁੱਟਿਆ ਬਹੁਤ ਬੱਚੀ ਨੂੰ, ਫਿਰ ਉਹਨੂੰ ਬਿੱਡਾਂ ਦੇ ਵਿੱਚ ਬੰਦ ਕੀਤਾ ਗਿਆ, ਉਹਦੀ ਨਸ ਕੱਟੀ ਗਈ ਜੀ। ਬੱਚੀ ਨਾਲ ਬਹੁਤ ਬੁਰੀ ਹਾਲਤ ਕੀਤੀ ਗਈ। ਬੱਚੀ 2 ਦਿਨ ਪਹਿਲਾਂ ਬੋਲੀ ਸੀਗੀ ਬਸ ਜੀ, ਉਦੋਂ ਬਾਅਦ ਬੱਚੀ ਮਤਲਬ ਐਮਰਜੈਂਸੀ ਦੇ ਵਿੱਚ 1 ਮਹੀਨਾ ਹੋ ਗਿਆ, ਉਦੋਂ ਬਾਅਦ ਬੱਚੀ ਐਮਰਜੈਂਸੀ ਦੇ ਵਿੱਚ ਆ ਜੀ, ਅੱਖ ਵੀ ਨਹੀਂ ਝਮਕਦੀ ਪਈ ਸੀ ਜੀ। ਅੱਜ ਬੱਚੀ ਦੀ ਇਹ ਹਾਲਤ ਆ, ਮੌਤ ਇੱਕ ਹਾਦਸਾ ਪਹੁੰਚ ਚੁੱਕਿਆ ਹੈ। ਸਾਨੂੰ ਇਨਸਾਫ ਦੀ ਮੰਗ ਆ ਕਿ ਅਸੀਂ ਉਸ ਨੂੰ ਇਹੋ ਜਿਹੀ ਜਨਾਨੀ, ਗੰਦੀ ਜਨਾਨੀ ਨੂੰ ਜੀ ਮਤਲਬ ਮੌਤ ਦੀ ਸਜ਼ਾ ਦਿਵਾ ਸਕੀਏ ਜੀ। ਇੱਕ ਥਾਣੇ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ 21/18 ਨੂੰ 11 ਨੰਬਰ FAR ਅੰਡਰ ਸੈਕਸ਼ਨ 307 ਦੇ ਅਧੀਨ ਦਰਜ ਹੋਈ ਸੀ। ਉਹ 'ਚ ਜਿਹੜੀ ਲੇਡੀ ਹਰਪ੍ਰੀਤ ਕੌਰ ਜਿਹੜੀ ਬੱਚੇ ਦੀ ਚਾਚੀ ਸੀਗੀ, ਉਹਨੇ ਖੁਸ਼ਪ੍ਰੀਤ ਕੌਰ ਦੀ ਜਿਹੜੀਆਂ ਉਹਦੀਆਂ ਹੱਥ ਦੀਆਂ ਨਸਾਂ ਕੱਟ ਦਿੱਤੀਆਂ ਸੀਗੀਆਂ, ਜਿਹੜੀਆਂ ਉਹ ਇਲਾਜ ਅਧੀਨ ਮੈਡੀਕਲ ਕਾਲਜ ਫਰੀਦਕੋਟ ਦੱਸ ਦੇ, ਉਹਦੀ ਅੱਜ ਸਵੇਰੇ ਡੈਥ ਹੋ ਗਈ। ਉਸ ਮੁਕੱਦਮੇ ਦੇ ਵਿੱਚ ਅਸੀਂ 302 ਦਾ ਵਾਧਾ ਕੀਤਾ ਹੈਗਾ। ਲੇਡੀ ਆਲਰੇਡੀ ਜਿਹੜੀ ਆ ਉਹ ਅਰੈਸਟ ਕੀਤੀ ਹੈਗੀ। For all updated news, please subscribe Aone News and ring the bell.